ਸਾਰੇ ਵੇਚਦੇ ਆ, ਕਿਹੜਾ ਨੀ ਵੇਚਦਾ? ਤੁਸੀਂ ਉਹਨਾਂ ਨੂੰ ਫੜੋ ਜਿਹੜੇ ਪੀਂਦੇ ਆ, ਉਹ ਤੇ ਮਜਬੂਰੀ ਆ ਉਹਨਾਂ ਦੀ, ਤੁਹਾਨੂੰ ਤਾਂ ਦਾਖਲ ਕਰਾਵਾਂਗੇ ਜਿਹੜੇ ਪੀਂਦੇ ਆ, ਜੇ ਪਿੱਛੋਂ ਬੰਦ ਦਾਖਲ ਕਰਾਨੇ ਆ ਲੇਗਾ ਬੰਦਾ। ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ, ਖੜੱਪੇ ਹੈਗੇ ਨਾ, ਜਿਹੜੇ ਇਹਨਾਂ ਦੇ ਇਨਫਾਰਮਰ ਹੈਗੇ ਆ, ਜਿਹੜਾ ਦੀ ਇਹਨਾਂ ਨਾਲ ਸਾਂਢ ਗਾਂਢ ਹੈਗੀ ਆ, ਉਹ ਪੁਲਿਸ ਰੇਡ ਤੋਂ ਆ ਕਰਨ ਤੋਂ ਪਹਿਲੇ ਇਹਨਾਂ ਨੂੰ ਕਹਿੰਦੇ ਹੈਗੇ ਵੀ ਅਸੀਂ ਆਉਣ ਲੱਗੇ ਹੈਗੇ ਆ, ਸਾਈਡ ਨੂੰ ਹੋ ਜਾਓ। ਅਸੀਂ ਜਿਹੜਾ ਚਿੱਟਾ ਵਿਰੋਧੀ ਮੰਚ ਬਣਾਇਆ ਪਿੰਡ ਦੇ ਵਿੱਚ, ਅਸੀਂ ਉਹਦੇ ਵਿੱਚ ਇਹ ਵੀ ਡਿਸਾਈਡ ਕੀਤਾ ਕਿ ਪਿੰਡ ਦਾ ਕੋਈ ਵੀ ਪਤਵੰਤਾ ਜਾਂ ਪਿੰਡ ਦਾ ਕੋਈ ਵੀ ਸ਼ਖਸ ਇਹ ਚਿੱਟੇ ਤਸਕਰਾਂ ਦੀ, ਚਿੱਟੇ ਵਾਲਿਆਂ ਦੀ ਹਮਾਇਤ ਦੇ ਵਿੱਚ ਜਾ ਕੇ ਉਹਨਾਂ ਦੀ ਜ਼ਮਾਨਤ ਦਿੰਦਾ, ਉਹਦਾ ਪੂਰਾ ਪਿੰਡ ਬਾਈਕਾਟ ਕਰੋ। ਸਾਡੇ ਪਿੰਡ ਦੇ ਵਿੱਚ ਲੋਕ ਰਿਸ਼ਤਾ, ਮੁੰਡੇ ਦਾ ਰਿਸ਼ਤਾ ਕਰਨ ਤੋਂ ਪਹਿਲੇ ਆ ਪੁੱਛਦੇ ਹੈਗੇ ਆ ਵੀ ਇਹ ਮੁੰਡੇ ਦਾ ਟੈਸਟ ਕਰਵਾ ਲਓ, ਕਿਤੇ ਇਹ ਚਿੱਟਾ ਨਾ ਪੀਂਦਾ ਹੋਵੇ। ਸਾਡੇ ਤਾਂ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿਆਹ ਤੋਂ ਪਹਿਲਾਂ ਲੋਕ ਟੈਸਟ ਕਰਾਉਣ ਲੱਗ ਪਏ ਨੇ, ਇਸੇ ਲਈ ਦੁਖੀ ਹੋ ਕੇ ਪਿੰਡ 'ਚ ਬਣਾ ਦਿੱਤਾ ਚਿੱਟਾ ਵਿਰੋਧੀ ਮੰਚ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਭਰ ਵਿੱਚ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਉੱਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਨਸ਼ੇ ਦੇ ਖਿਲਾਫ ਲੋਕਾਂ ਵੱਲੋਂ ਆਪਣੇ ਤੌਰ 'ਤੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਹੁਣ ਇਹ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੇ ਪਿੰਡ ਅਵਾਖਾਂ ਦਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਵਾਸੀਆਂ ਨੇ ਦੁਖੀ ਹੋ ਕੇ ਪਿੰਡ ਦੇ ਕੁਝ ਨੌਜਵਾਨ ਅਤੇ ਬਜ਼ੁਰਗਾਂ ਨੇ ਰਲ ਕੇ ਬਣਾ ਦਿੱਤਾ ਚਿੱਟਾ ਵਿਰੋਧੀ ਮੰਚ। ਉੱਥੇ ਹੀ ਇਸ ਪਿੰਡ ਦੇ ਲੋਕਾਂ ਵੱਲੋਂ ਜੋ ਲੋਕ ਨਸ਼ਾ ਕਰਦੇ ਆ ਜਾਂ ਨਸ਼ਾ ਵੇਚਦੇ ਆ, ਉਹਨਾਂ ਨੂੰ ਖੁਦ ਬਖੁਦ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਐਸੀਆਂ ਹੀ ਵੀਡੀਓ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਕੁਝ ਨੌਜਵਾਨਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ ਅਤੇ ਮੁੜ ਦੀਨਾਨਗਰ ਪੁਲਿਸ ਹਵਾਲੇ ਕੀਤਾ ਗਿਆ। ਉੱਥੇ ਹੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਇੰਨਾ ਬਦਨਾਮ ਹੋ ਚੁੱਕਿਆ ਕਿ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿਆਹ ਹੋਣੇ ਵੀ ਔਖੇ ਹੋ ਗਏ ਨੇ, ਲੜਕੀ ਵਾਲੇ ਡਰਦੇ ਨੇ ਅਤੇ ਪਹਿਲਾਂ ਟੈਸਟ ਕਰਾਉਣ ਦੀ ਮੰਗ ਕਰਦੇ ਨੇ। ਇਸ ਦੁੱਖ ਤੋਂ ਇਹ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਫੈਸਲਾ ਲਿਆ ਗਿਆ, ਜੇਕਰ ਕੋਈ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਦੀ ਪਿੰਡ ਵਾਸੀ ਹਮਾਇਤ ਕਰਦਾ ਤਾਂ ਉਸ ਨਾਲ ਸਾਰਾ ਪਿੰਡ ਬਾਈਕਾਟ ਕਰੇਗਾ। ਉੱਥੇ ਹੀ ਇਹ ਨਸ਼ੇ ਖਿਲਾਫ ਛੇੜੀ ਇਸ ਮੁਹਿੰਮ ਦੀਆਂ ਪਿੰਡ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਹੋਸਪਿਟਲਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰਾ ਕੇ ਉਹਨਾਂ ਦਾ ਨਸ਼ਾ ਵੀ ਛਡਾਵਾਂਗੇ, ਕਿਉਂਕਿ ਉਹਨਾਂ ਦੀ ਮਜਬੂਰੀ ਬਣ ਚੁੱਕਿਆ। ਉਹ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਹੈ, ਉਹਨਾਂ ਨੂੰ ਅਸੀਂ ਹੱਥ ਬੜੇ ਵਾਰੀ ਜੋੜ ਚੁੱਕੇ ਹਾਂ ਅਤੇ ਸਾਡੇ ਠਾਕਰ ਸਾਹਿਬ ਨੇ ਇੱਕ ਮੁਹਿੰਮ ਜਿਹੜੀ ਚਲਾਈ ਹੈ, ਅਸੀਂ ਸਾਰਾ ਪਿੰਡ ਦੇ ਨਾਲ ਆ, ਸੋ ਹੱਥ ਬੜੇ ਵਾਰੀ ਜੋੜ ਚੁੱਕੇ ਹਾਂ, ਹੱਥ ਜੋੜਨ ਦੀ ਜਿਹੜੀ ਵਾਰੀ ਉਹ ਖਤਮ ਹੋ ਗਈ ਹੈ। ਸੋ ਉਹਨਾਂ ਨੂੰ ਵੀ ਸਾਡੀ ਇਹ ਹਦਾਇਤ, ਡੇਲੀ ਤੋਂ ਡੇਲੀ ਜਿਹੜੇ ਬੰਦੇ ਇੱਥੇ ਫੜੇ ਜਾਂਦੇ ਪਏ ਨੇ, ਦੋ ਤਿੰਨ ਬੰਦੇ ਇਹ ਤੇ SHO ਸਾਹਿਬ ਦੇ ਤਾਂ ਦੇਣ, ਪਰ ਤੁਸੀਂ ਜਿਹੜੇ ਬੰਦੇ ਫੜਾਉਂਦੇ ਹੋ ਤਾਂ ਫਾਲ ਬੈਕ ਵਗੈਰਾ ਲੈਂਦੇ ਹੋ ਕਿ ਪਿੱਛੇ ਜਾ ਕੇ ਕੀ ਇਹਦਾ ਬਣਿਆ ਕਿਦਾਂ? ਪਰਸੋਂ ਵੀ ਦੋ ਬੰਦੇ ਫੜਾਏ ਸੀ, ਉਹ ਦੋਨੇ ਫਰਾਰ ਹੋ ਗਏ, ਫਿਰ ਕੱਲ ਇੱਕ ਦਾ ਇੱਕ ਫਿਰ ਉਹਨਾਂ ਨੂੰ ਫੜ ਕੇ ਫਿਰ ਦੁਆਰਾ ਦਿੱਤਾ। ਸੋ ਬਾਕੀ ਦੀ ਕਾਰਵਾਈ ਤੇ SHO ਸਾਹਿਬ ਦੱਸਣਗੇ ਵੀ ਪਰਚੇ ਕਿੰਨੇ ਹੋਏ। ਵੱਡੇ ਪੱਧਰ ਤੇ IG ਲੈਵਲ ਤੇ SSP ਲੈਵਲ ਤੇ ਜਿਹੜੀਆਂ ਰੇਡਾਂ ਹੁੰਦੀਆਂ ਨਾ ਜੀ, ਇਹ ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ, ਖੜੱਪੇ ਹੈਗੇ ਨਾ, ਜਿਹੜੇ ਇਹਨਾਂ ਦੇ ਇਨਫਾਰਮਰ ਹੈਗੇ ਆ, ਜਿਹੜਾ ਦੀ ਇਹਨਾਂ ਨਾਲ ਸਾਂਢ ਗਾਂਢ ਹੈਗੀ ਆ, ਉਹ ਪੁਲਿਸ ਰੇਡ ਤੋਂ ਆ ਕਰਨ ਤੋਂ ਪਹਿਲੇ ਇਹਨਾਂ ਨੂੰ ਕਹਿੰਦੇ ਹੈਗੇ ਵੀ ਅਸੀਂ ਆਉਣ ਲੱਗੇ ਹੈਗੇ ਆ, ਸਾਈਡ ਨੂੰ ਹੋ ਜਾਓ। ਅਗਰ ਉਹ ਕਾਲੀਆਂ ਭੇਡਾਂ ਜਿਹੜੀਆਂ ਉਹ ਸੱਪ ਹੈਗੇ ਨੇ ਮਹਿਕਮੇ ਦੇ ਵਿੱਚ, ਉਹਨਾਂ ਨੂੰ ਨੱਥ ਪਾਤੀ ਇਹ ਹੈਗੇ ਤੇ 90% ਨਸ਼ਾ ਆਪ ਹੀ ਮੁੱਕ ਜਾਂਦਾ। ਜ਼ਿਆਦਾ ਹਿਮਾਇਤੀ ਨਹੀਂ ਰਹਿਣਗੇ ਇਹਨਾਂ ਦੇ, ਇਹਨਾਂ ਦੇ ਸਪੋਰਟਰ ਨਹੀਂ ਰਹਿਣਗੇ, ਇਹਨਾਂ ਦੀ ਕੋਈ ਜ਼ਮਾਨਤ ਦੇਣ ਨਹੀਂ ਜਾਏਗਾ। ਅਸੀਂ ਜਿਹੜਾ ਚਿੱਟਾ ਵਿਰੋਧੀ ਮੰਚ ਬਣਾਇਆ ਪਿੰਡ ਦੇ ਵਿੱਚ, ਅਸੀਂ ਉਹਦੇ ਵਿੱਚ ਇਹ ਵੀ ਡਿਸਾਈਡ ਕੀਤਾ ਕਿ ਪਿੰਡ ਦਾ ਕੋਈ ਵੀ ਪਤਵੰਤਾ ਜਾਂ ਪਿੰਡ ਦਾ ਕੋਈ ਵੀ ਸ਼ਖਸ ਇਹ ਚਿੱਟੇ ਤਸਕਰਾਂ ਦੀ, ਚਿੱਟੇ ਵਾਲਿਆਂ ਦੀ ਹਮਾਇਤ ਦੇ ਵਿੱਚ ਜਾ ਕੇ ਉਹਨਾਂ ਦੀ ਜ਼ਮਾਨਤ ਦਿੰਦਾ, ਉਹਦਾ ਪੂਰਾ ਪਿੰਡ ਬਾਈਕਾਟ ਕਰੋ। ਅੱਜ ਤੁਸੀਂ ਮੀਡੀਆ ਸਾਡਾ ਤੀਜੀ ਆਖੋ, ਮੀਡੀਆ ਦੇ ਥਰੂ ਅਸੀਂ ਆਵਾਜ਼ ਪਹੁੰਚਾ ਰਹੇ ਹੈਗੇ ਹਾਂ, ਪਰ ਇਹ ਤੁਸੀਂ ਜੇ ਕਹੋ ਵੀ 8 ਮਹੀਨਿਆਂ ਦੀ ਸਰਕਾਰ ਨੂੰ ਠੱਲ ਪਾ ਦੇ, ਉਹ ਨਹੀਂ ਹੈ ਬੂਟਾ ਹੈ ਜਿਹੜਾ 10-15 ਸਾਲ ਦਾ, ਦੀਆਂ ਜਿਹੜੀਆਂ ਜੜਾਂ ਬੜੀਆਂ ਡੂੰਘੀਆਂ ਹੋ ਗਈਆਂ, ਉਹ ਪੁੱਟਣ ਵਾਸਤੇ ਸਾਨੂੰ ਬੜਾ ਸੰਘਰਸ਼ ਕਰਨਾ ਪੈ ਰਿਹਾ ਹੈਗਾ। ਅਸੀਂ ਪੁੱਟ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ, ਜਿੱਥੋਂ ਤੱਕ ਅਸੀਂ ਬੂਟਾ ਲਾ ਦਿੱਤਾ ਹੈਗਾ, ਮੰਨ ਲਓ JCB ਨਾਲ ਪੁੱਟਣਾ ਹੀ ਅਸੀਂ ਹੁਣ। ਕੁਝ ਸਮਾਂ ਪਹਿਲਾਂ ਵੀ ਕਰ ਸਕਦੇ ਸੀ ਅਸੀਂ ਭਾਅ ਜੀ, ਜਿਹੜੀ ਇਹ ਮੰਚ ਬਣਾਇਆ ਨਾ, ਅਸੀਂ ਇਹਦੇ ਵਿੱਚ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਸਰਕਾਰ ਦਾ ਜਾਂ ਕਿਸੇ ਹੋਰ ਧਰਮ ਜਾਤੀ ਦਾ ਦੇ ਵਿੱਚ ਨਹੀਂ ਰੱਖਿਆ। ਅਸੀਂ ਸਿਰਫ ਚਿੱਟੇ ਦੇ ਖਿਲਾਫ ਇਸ ਪਿੰਡ ਨੂੰ ਚਿੱਟਾ ਮੁਕਤ ਕਰਵਾਉਣਾ ਅਸੀਂ, ਕਿਉਂਕਿ ਸਾਡੇ ਪਿੰਡ ਦੇ ਚਿੱਟੇ ਦਾ ਐਡਾ ਵੱਡਾ ਕਲੰਕ ਬਣ ਚੁੱਕਿਆ ਹੈਗਾ। ਸਾਡੇ ਪਿੰਡ ਦੇ ਵਿੱਚ ਲੋਕ ਰਿਸ਼ਤਾ, ਮੁੰਡੇ ਦਾ ਰਿਸ਼ਤਾ ਕਰਨ ਤੋਂ ਪਹਿਲੇ ਇਹ ਪੁੱਛਦੇ ਹੈਗੇ ਆ ਵੀ ਇਹ ਮੁੰਡੇ ਦਾ ਟੈਸਟ ਕਰਵਾ ਲਓ, ਕਿਤੇ ਇਹ ਚਿੱਟਾ ਨਾ ਪੀਂਦਾ ਹੋਵੇ। ਐਡਾ ਨਾ ਵੱਡਾ ਹੋਰ ਕਲੰਕ ਕੀ ਹੋ ਸਕਦਾ? ਸਾਡੇ ਨੌਜਵਾਨ ਅੱਗੇ ਵੀ ਹੋਣੇ ਹੀ ਨਹੀਂ, ਜਿਹੜੇ ਨਸ਼ਾ ਕਰ ਰਹੇ ਹੈਗੇ ਨੇ ਉਹਦੇ ਵਿੱਚੋਂ ਅੱਧੇ ਪਚੱਧੇ ਤੇ ਮਰ ਜਾਣੇ ਆ, ਜਿਹੜੇ ਰਹਿ ਜਾਣਗੇ ਨਾ ਉਹ ਤੋਂ ਚੱਲੇਗੀ। ਅਸੀਂ ਸਰਕਾਰਾਂ ਕੋਲ ਮੰਗ ਕਰਨੇ ਆ, ਜੇ ਉਹ ਸਾਰਿਆਂ ਕੋਲ ਕਰਨੇ ਆ ਵੀ ਸਾਨੂੰ ਸਕੂਲ ਬਣਾ ਦਿਓ, ਸਾਡੀਆਂ ਗਲੀਆਂ ਪੱਕੀਆਂ ਕਰਾ ਦਿਓ, ਸਾਡੀਆਂ ਨਾਲੀਆਂ ਪੱਕੀਆਂ ਕਰਾ ਦਿਓ, ਉਹ ਸਕੂਲਾਂ 'ਚ ਪੜ੍ਹਨ ਵਾਲੇ ਰਹਿਣਗੇ, ਉਹ ਗਲੀਆਂ 'ਚ ਖੇਡਣ ਵਾਲੇ ਰਹਿਣਗੇ, ਤੇ ਗਲੀਆਂ ਉੱਦਾਂ ਚੱਟਣੀਆਂ ਹੀ ਉਹ। ਅੱਜ ਕਿੰਨੇ ਮੁੰਡੇ ਫੜਾਏ? ਅੱਜ 2 ਲੜਕੇ ਫੜੇ ਆ ਸਾਡੇ, ਇਸ ਮੰਚ ਨੇ ਫੜੇ ਹੈਗੇ, ਮੈਂ ਤਾਂ ਬਾਅਦ 'ਚ ਆਇਆ, ਸਾਡੇ ਮੰਚ ਦੇ ਜਿਹੜੇ ਕਾਰਜਕਰਤਾ ਹੈਗੇ ਨੇ, ਜਿਹੜੇ ਸਾਡੇ ਵਲੰਟੀਅਰ ਹੈਗੇ ਆ, ਉਹਨਾਂ ਨੇ ਫੜੇ ਹੈਗੇ ਜੀ।